ਸਾਸਰੀ ਗਾਲਬੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਿਹਾ ਸਾਰਿਆਂ ਕਾ ਨਿੱਗਾ ਸਵਾਗਤ ਅੱਜ ਗਿਆ ਬੜੀਆਂ ਖਬਰਾਂ ਥਾਰੇ ਪਾਲੇ ਕਾ ਪਹੁੰਚ ਲਿਆ ਵੀਰ ਔਰ ਬੜੀਆਂ ਖਬਰਾਂ ਕੇ ਵਿੱਚ ਮਾ ਬਾਤ ਕਰਾਂਗੇ ਜਿੱਥਾ ਪੰਜਾਬ ਔਰ ਹਰਿਆਣੇ ਕੀ ਸਿਆਸਤ ਮਾ ਇੱਕ ਬਾਰ ਫੇਰ ਕਿਸਾਨੀ ਮੁੱਦਾ ਉਸੀ ਪੀਕ ਪਰ ਆ ਗਿਆ ਜਿਸ ਪੀਕ ਪਾ ਪਹਿਲਾ ਚੱਲ ਰਿਹਾ ਦਾ ਕਿਉਂਕਿ ਹਰਿਆਣੇ ਕੇ ਕਰਨਾਲ ਮਾ ਕਸਾਨਾਪਾ ਟੋਲ ਪਲਾਜੇ ਜਿੱਥਾ ਉਥਾ ਯੋ ਕਹਿ ਲੋ ਵੀਰ ਲਾਠੀ ਚਾਰਜ ਹੋਇਆ ਗੰਭੀਰ ਹਾਲਾਤ ਉੱਥਾ ਬਣ ਗਏ ਜਿਸ ਕਰਕੇ ਵੀਰ ਬਹੁਤ ਸਾਰੇ ਮਾਮਾ ਯੋ ਸਮੇਂ ਗਿਆ ਸਰਕਾਰਾਂ ਯੋ ਲਾਠੀ ਡੰਡੇ ਗੱਲ ਜ਼ੋਰ ਗੱਲ ਆਪਣੇ ਕੰਮ ਕਰਾਣ ਦੇ ਚੱਕਰ ਮੈਂ ਕਿਹਾ ਕੁਝ ਕਰ ਰਹੀਆਂ ਆ ਉਥਾ ਯੋ ਜਿਹੜਾ ਐਸ ਡੀ ਐਮ ਇਸ ਦਾ ਵੀ ਬਿਆਨ ਥੰਨੇ ਇਹ ਸੁਣ ਲਿਆ ਹੋਣਾ ਬਾ ਵੀ ਕਹਿ ਰਿਹਾ ਕਾ ਜਿਹੜਾ ਆ ਰਿਆ ਮੂਰਾ ਪਾੜ ਦਿਓ ਸਿਰ ਮਤਲਬ ਇਤਰਾਹ ਦੀ ਬਿਆਨਬਾਜ਼ੀ ਖੱਟਰ ਗਈ ਸਰਕਾਰ ਤੇ ਹੋਰ ਮੀਤ ਵੀ ਕਿਆ ਕਰ ਸਕ ਕਰ ਸਕਾਂ ਵੀਰ ਇਹ ਬੰਦਾ ਤੋਂ ਪਹਿਲਾਂ ਵੀਰ ਦੇਖ ਲੋ ਤਾਰਾਂ ਲਵਾਤੀਆਂ ਤੀਆਂ ਹਰਿਆਣਾ ਬੰਦ ਕਰਾ ਤੇ ਪੰਜਾਬ ਨੂੰ ਅੰਦਰ ਨਹੀਂ ਆਣ ਦੇਣਾ ਟੋਏ ਪੱਟ ਤੇ ਕਿੱਲਾ ਗੜਤੀਆਂ ਮੇਖਾਂ ਲਾਤੀਆਂ ਪਰ ਯੋ ਕਹਿ ਲੋ ਭਈ ਯੋ ਜਜਾਰੂ ਜਿਹੜੇ ਕਿਸਾਨ ਯੋ ਕਰੇ ਵੀਰ ਜੋ ਮਰਜੀ ਕਰ ਲੈ ਆਪਾਂ ਨਹੀਂ ਹਟਦੇ ਪਾਰ ਈਬ ਲੇਟੈਸਟ ਅਪਡੇਟ ਜਿਹੜੇ ਮੇਰੇ ਵੀਰ ਪੈਂਡ ਪਾਈ ਕੈਨੇਡਾ ਤੇ ਚੜੇ ਜਹਾਜ਼ ਆ ਦਿੱਲੀ ਏਅਰਪੋਰਟ ਉਤਰ ਲਈ ਔਰ ਉਤਰਨੇ ਦੇ ਵਿੱਚ ਮਾਂ ਉਹਨਾਂ ਨੂੰ ਮੈਂ ਦੱਸ ਦਿਆਂ ਬਈ ਪੰਜਾਬ ਦੇ ਵਿਚমা ਸਿੰਬੂ ਬਾਰਡਰ ਖਾਸ ਕਰਕੇ ਪਹਿਲੇ ਤੋਂ ਕਰਨਾਲ ਬਾਰਡਰ ਯੂ ਬੰਦ ਕਰ ਰੱਖਿਆ ਹਰਿਆਣਾ ਕੇ ਹਰੇਕ ਪੁਆਇੰਟ ਜਿਹੜੇ ਮਤਲਬ ਕਿਸਾਨਾਂ ਨੇ ਅਣਮਿੱਥੇ ਸਮੇਂ ਵਾਸਤਾ ਬੰਦ ਕਰਤੇ ਕਿਉਂਕਿ ਗਰਨਾਮ ਚੜੂਨੀ ਨੇ ਸਾਫ਼ ਕਹਤੇ ਆਕਾ ਜਿੰਨੀ ਦੇਰ ਮਾਰੇ ਬੰਦੇ ਪੁਲਿਸ ਛੱਡਦੀ ਨਹੀਂ ਉਤਨੀ ਦੇਰ ਆਪਾਂ ਯੂ ਧਰਨਾ ਬੰਦ ਨਹੀਂ ਕਰ ਸਕਦੇ ਇਸੇ ਕਰਕੇ ਬਾਂਦਾਰ ਲੇਟੈਸਟ ਅਪਡੇਟ ਮੈਂ ਤੁਹਾਨੂੰ ਦੇ ਦਿਆਂ ਵੀ ਲੇਟੈਸਟ ਅਪਡੇਟ ਜਿਹੜੀ ਇਸ ਵਕਤ ਕੀ ਨਿਕਲ ਕਾਰੀ ਬਾਹ ਬਿਰ ਯੋ ਸੰਭੂ ਬਾਰਡਰ ਜਿਹੜਾ ਪੈ ਰਿਆ ਪੰਜਾਬ ਦੇ ਵਿੱਚ ਸੰਭੂ ਬਾਰਡਰ ਦੇ ਉੱਪਰ ਉੱਥਾ ਧਰਨਾ ਲੱਗ ਰਿਹਾ ਵੀਰ ਕਿਸਾਨਾਂ ਨੇ ਸੰਭੂ ਬਾਰਡਰ ਵੀ ਬੰਦ ਕਰ ਦਿੱਤਾ ਮਤਲਬ ਪੰਜਾਬ ਤੇ ਕਨੈਕਸ਼ਨ ਟੁੱਟ ਗਿਆ ਇਹ ਬੁੱਥਾ ਕਾਫੀ ਤਣਾਉਪੂਰਨ ਮਾਹੌਲ ਬਣਿਆ ਵਾ ਅਰ ਉਸ ਤੋਂ ਬਾਅਦ ਜਿਹੜੇ ਅੰਮ੍ਰਿਤਸਰ ਯੋ ਜਿਹੜੇ ਆ ਰਹੇ ਵੀ ਅੰਮ੍ਰਿਤਸਰ ਉੱਤਰ ਰਹੀ ਇਹਨਾਂ ਨੂੰ ਮੈਂ ਦੱਸ ਦਿਆਂ ਵੀ ਅੰਮ੍ਰਿਤਸਰ ਦੇ ਵਿੱਚ ਮੈਂ ਤਾਜ਼ਾ ਅਪਡੇਟ ਕੱਲ੍ਹ ਕਿਹਾ ਸੀ ਜਲਿਆਂਵਾਲਾ ਬਾਗ ਦੇ ਬਾਹਰ ਕਸਾਨਾ ਵਾਲਾ ਲਾਠੀ ਚਾਰਜ ਹੋਇਆ ਕਹਾ ਮੋਦੀ ਉਥਾਰਿਆ ਮੋਦੀ ਨੂੰ ਆਣ ਨਹੀਂ ਦੇਣਾ ਮਾਨਾ ਪੁਗਾਟਨ ਕਰਨ ਵਾਸਤਾ ਇਸ ਕਰਕੇ ਵੀਰ ਉੱਥਾ ਵੀ ਕਹਿ ਲਓ ਵੀ ਜਲਿਆਂ ਵਾਲੇ ਬਾਗ ਕੇ ਵਿੱਚਾਂ ਵੀ ਯੋ ਬਹੁਤ ਤਣਾਪੂਰਨ ਮਾਹੌਲ ਬਣਿਆ ਵਾ ਪਰ ਉੱਥੇ ਅਕਾਲੀ ਦਲ ਇਹਨਾਂ ਵਾਸਤਾ ਇਨਕੇ ਸਪੋਰਟਰਾਂ ਵਾਸਤਾ ਇੱਕੋ ਖੁਸ਼ੀ ਦੀ ਬਾਤ ਤੁਹਾਨੂੰ ਦੱਸ ਦਿਆਂ ਵੀ ਕਿਉਂਕਿ ਥਾਰੇ ਵਾਸਤੋਂ ਖੁਸ਼ੀ ਦੀ ਬਾਤ ਆ ਇੱਕ ਪਾਸਾ ਬਾਪੂ ਗਰਦਾਸ ਬਾਦਲਗਾ ਛੋਕਰਾ ਨਾ ਪ੍ਰਕਾਸ਼ ਬਾਦਲਗਾ ਯੋ ਸੁਖਵੀਰ ਬਾਦਲ ਯੋ ਰੈਲੀਆਂ ਕਰ ਰਿਹਾ ਮੋਜ ਗੇਲਾ ਔਰ ਦੂਸਰੇ ਪਾਸਾ ਯੋ ਵਿਕਰਮ ਮਜੀਠੀਆ ਸੁਖਵੀਰ ਬਾਦਲ ਦਾ ਯੋ ਸਾਲਾ ਬੀਬੀ ਹਰ ਸਿਮਰਤ ਕੌਰ ਬਾਦਲ ਦਾ ਪਾਈ ਯੋ ਆਪਣੀਆਂ ਰੈਲੀਆਂ ਕਰ ਲਾਗ ਰਿਹਾ ਸਿੱਧੂ ਨੂੰ ਯੋ ਕਰ ਦੇਂਗੇ ਬਾਹ ਕਰ ਦੇਂਗੇ ਯੋ ਬਹੁਤ ਹੈਰਾਨੀ ਦੀ ਬਾਤ ਹੋਬਾ ਵੀਰ ਅਭੀ ਦੇਸ਼ ਦੇ ਵਿਚমা ਪੰਜਾਬ ਕੀ ਖਾਸ ਕਰ ਬਾਤ ਕਰਾ ਵੀ ਪੰਜਾਬ ਕੀ ਸਿਆਸਤ ਈ ਮੈਨੂੰ ਯੋ ਦੱਸੋ ਚਲੋ ਵਿਰੋਧ ਕਰਨੇ ਵਾਲੇ ਤੋਂ ਮੈਂ ਮੰਨ ਰਿਹਾ ਥਾਰੀ ਬਾਤ ਜਿਹੜੇ ਵਿਰੋਧ ਕਰਨੇ ਵਾਲੇ ਥਾਰੀਆ ਗੱਡੀਆਂ ਰੋਗਰੇ ਰੈਲੀਆਂ ਮਾਰੇ ਥਾਰੀਆ ਮਾਂ ਬਿਓ ਵਿਰੋਧੀ ਪਾਰਟੇਂ ਦੇ ਛੱਡੇ ਵੇ ਇਹ ਯੋ ਥਾਰੀ ਰੈਲੀ ਨੂੰ ਬਿਗਨ ਪਾਣ ਵਾਸਤੇ ਆ ਰਹੇ ਪਰ ਮੈਨੂੰ ਇਹੋ ਦੱਸੋ ਜਿਹੜੇ ਕਰਨਾਲ ਬਾਈਪਾਸ ਕੇ ਉੱਪਰ ਜਿਹਨੇ ਬਡਾਂਗਾ ਚਲੀਆਂ ਕਰਨਾਲ માં ਬਾ ਕੌਣ ਹੈ ਕੋਈ ਮਾੜੀ ਮੋਟਾ ਯੋ ਮਾੜਾ ਮਾੜਾ ਫੇਸਬੁਕ ਪਾ ਪਾਕਾ ਥਾਨਾ ਆਪਣਾ ਯੋ ਕਹੇ ਵੀ ਆਪਣਾ ਦੁੱਖ ਸਾਂਝਾ ਕਰ ਲੈ ਯੋ ਕੋਈ ਬਾਤ ਹੋਪਾ ਇਹ ਬਹੁਤ ਇੱਕ ਬਹੁਤ ਜ਼ਿਆਦਾ ਮਤਲਬ ਪੰਜਾਬ ਕੀ ਸਿਆਸਤ ਨਿੱਗਰਗੀ ਵੀਰਾ ਆਰਾਦਰ ਯੋ ਮੰਨੇ ਕੀ ਬਾਤ ਕਰਾਂ ਮਬਰਸਰਾਲੇਗੀ ਯੋ ਕਹਿ ਰਹਾ ਮਜੀਟਿਆ ਸਿੱਧੂ 2 1 2 ਨੂੰ ਗਾਲੋ ਗਾਲੀ ਹੋ ਰੇ ਕਾ ਦੱਸ ਪੰਜਾਬ ਕੀ ਕਾ ਮਿਆਰ ਸਿਆਸਤ ਕਾ ਕਿੱਥਾ ਚਲਿਆ ਗਿਆ ਵਾ ਕਹਿ ਰਹਾ ਯੋ ਕਰ ਦੇਗੇ ਵਾ ਕਹਿ ਰਹਾ ਯੋ ਕਰ ਦੇਗੇ ਕੋ ਬਾਤ ਥੋੜੀ ਬਣਾ ਵੀਰ ਹੈ ਔਰ ਗੱਲ ਕਾ ਕੋਈ ਲੌਜਿਕ ਨਹੀਂ ਔਰ ਜਿਹੜੀ ਗੱਲਾਂ ਬਾ ਧਿਆਨ ਦੇਣਾ ਵਾ ਗੱਲਾਂ ਬਾ ਧਿਆਨ ਦੀ ਵੀਰ ਹੋਰ ਇਹ ਪਾਸ ਆਯੋ ਗੱਲੋ ਵੀਰਾ ਸਿਸਟਮ ਇਹ ਚਲਾ ਚਲਾ ਕਾ ਲੋਕਾਂ ਕਾ ਧਿਆਨ ਜਿਹੜਾ ਭੰਗ ਕਰ ਰਿਹਾ ਯਾਰ ਬਹੁਤ ਹੈਰਾਨੀ ਦੀ ਬਾਤ ਮਨ ਨੂੰ ਤਾਂ ਕਦੇ ਕਦੇ ਨਿਊ ਲਗਾ ਵੀ ਸਿੱਡੂ ਆਰਮ ਜਿੱਠਿਆ ਯਾ ਦੋਏ ਕਿਤੇ ਮਤਲਬ ਰਾਲ ਕਾ ਟੈਲੀਫੋਨ ਤਾਂ ਨਹੀਂ ਕਰਦੇ ਸਾਮ ਨੂੰ ਸਵੇਰੇ ਯੋ ਕਹ ਦੇਗਾ ਤਾਂ ਮਨ ਨੂੰ ਨਿਊ ਕਹਿ ਦਈਏ ਤਾਂ ਲਫਟਰ ਚੈਨਲ ਖੋਲਿਆ ਬੰਦੇ ਨੇ ਦੋ ਹੀ ਬੰਦਿਆ ਰੇ ਆਰ ਯਾ ਮੰਨੇ ਕੀ ਬਾਤ ਯੋ ਵੀ ਵੀਰਾ ਰੌੜਾਈ ਪਾਣ ਜੋ ਗਾ ਇਹ ਕਰਿਆ ਕੁਰੇ ਇਸ ਕਾ ਵੀ ਕੀ ਆ ਰਿਜ਼ਲਟ ਥਾਰੇ ਮੂਰੇ ਵੀਰ ਯੋ ਵੀ ਬਹੁਤ ਇੱਕ ਹੈਰਾਨੀ ਦੀ ਬਾਤ ਆਹ ਉਧਰ ਜਿੱਥਾ ਕਾਲੀ ਉਹ ਕੰਮ ਉਲਝਰੇ ਉੱਥਾ ਹੀ ਮੈਂ ਤੁਹਾਨੂੰ ਵੀ ਚਾ ਲੋ ਬੜੇ ਕਾਲੀ ਆ ਕੇ ਸਪੋਰਟਰ ਕਹਿੰਦੇ ਹੋਣੇ ਵੀ ਉਹ ਪਤਨੀ ਜਾਣਕਾਰ ਇਹ ਮਹਾਰੀ ਪਾਰਟੀ ਵਾਲਿਆਂ ਨੂੰ ਇਤਰਾ ਕਹਾ ਇਹ ਤੁਹਾਨੂੰ ਮੈਂ ਦੱਸ ਦਿਆ ਵੀ ਉੱਥਾ ਕੈਪਟਨ ਅਮਰੀਂਦਰ ਸਿੰਘ ਵੀ ਆਪਣਾ ਬਹੁਤ ਸਾਬਤ ਕਰਨ ਲੱਗ ਰਿਹਾ ਵਾ ਵੀ ਆਪਣੇ ਕੰਮਾਂ ਮੇ ਲੱਗ ਰਿਹਾ ਕੱਲ ਯੋ ਬੀਬੀ ਪਠੜ ਘਰਾਂ ਜਾ ਕੇ ਆਇਆ ਉੱਥਾ ਕਹਿ ਰਿਹਾ ਆ ਪਤਾ ਨਹੀਂ ਕਿਆ-ਕਿਆ ਗੱਲਾਂ ਹੋਈਆਂ ਕਾ ਵੀ ਉਹ ਤਾਂ ਕਹ ਲੋ ਵੀਰੇ ਪੱਠਣ ਨੂੰ ਫੇਰ ਆਪਣੇ ਗੱਲ ਜੋੜਨ ਦੀ ਪਲੈਨਿੰਗ ਕਰੀ ਹੋਣੀ ਕਿਉਂਕਿ ਸਿੱਧੂ ਢੜਾ ਬਣ ਗਿਆ ਆ ਰਿਹਾ ਇਸ ਕਰਕੇ ਇੱਕ ਬੜੀ ਜਿਹੜੀ ਯੋ ਮੁਸ਼ਕਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆਸਾ ਪਰ ਬੜੀ ਮੁਸ਼ਕਲ ਦੇ ਵਿੱਚ ਮੈਂ ਯੋ ਆਮ ਆਦਮੀ ਪਾਰਟੀ ਵਾਲਿਆਂ ਦਾ ਯੋ ਚੀਮਾ ਯੋ ਕਹ ਰਿਹਾ ਕੈਪਟਨ ਅਮਰਿੰਦਰ ਸਿੰਘ ਆ ਆਪਣਾ ਬਹੁਮਤ ਸਾਬਤ ਕਰੇ ਕਹਾ ਕੈਪਟਨ ਅਮਰਿੰਦਰ ਸਿੰਘ ਆਪਣੇ ਬਧਾਇਕਰ ਮੰਤਰੀ ਆਪਾ ਭਰੋਸਾ ਖੋ ਜਿਹੜੀ ਖੋ ਚੁੱਕੇ ਬਤੌਰ ਮੁੱਖ ਮੰਤਰੀ ਤਿਰਹੁਣ ਕੇ ਨਾਤੇ ਮੰਗ ਕਰਾਂ ਵੀ ਵਿਧਾਨ ਸਭਾ ਦੇ ਵਿੱਚ ਮਾ ਆਪਣਾ ਬਹੁਮਤ ਸਾਬਤ ਕਰੋ ਮੁੱਖ ਮੰਤਰੀ ਕੇ ਅਹੁਦੇ ਤੇ ਅਸਤੀਫਾ ਦਿਓ ਹਰ ਮੰਨ ਚੀਮਾ ਸਾਭ ਕੀ ਸਮਝ ਬਣੀ ਆਦੀ ਵੀ ਉਨ੍ਹਾਂ ਦਾ ਬਹੁਮਤ ਤੋਂ ਬਾਅਦ ਮੈਂ ਦੇਖ ਲੇਗੇ ਪਹਿਲਾ ਥਾਰੇ ਜਿਹੜੇ 17 ਜਿੱਤੇ ਵੇ ਯੋ ਤਾਂ ਪਹਿਲਾ ਇਕੱਠੇ ਕਰ ਲਿਓ 17 ਬੱਦੇ ਐਲੋਪੀ ਬੁਰਾ ਮੰਨ ਜੇਗਾ ਮੇਰੀ ਬਾਤ ਕਾ ਹੈ ਬਹੁਤ ਥਾਰਾ ਹੀ ਬਹੁਤ ਕਾ ਟੋਰਿਆ ਪਹਿਲਾ ਥਮ ਆਪਣਾ ਬਹੁਮਤ ਤੋਂ ਦੇਖ ਲਿਓ ਯੋ ਕਿਆ ਹੋ ਰਿਹਾ ਪੰਜਾਬ ਕੀ ਸਿਆਸਤ ਕੇ ਵਿੱਚ ਮਾ ਉਧਰ ਕਾਲੀ ਦਲ ਵਾਲੇ ਵੀ ਗਹਿਰੇ ਕਹਾਂ ਜੀ ਹਾਂ ਬੰਦੇ ਘੱਟ ਜੀ ਨਿਓ ਪਾ ਉੱਥਾ ਜਾ ਕਾਮੇ ਬੀਪੀ ਬਦਨੌਰ ਸਾਪਾ ਰਾਜਪਾਲ ਸਾਪਾ ਵੀ ਇਕਰਾਓ ਜੀ ਇਨਕੀ ਗਿਣਤੀ ਮਿਣਤੀ ਕਰਾਓ ਗਿਣਤੀ ਮਿਣਤੀ ਕਰਾਓ ਜੋ ਕੰਮ ਹੋ ਗਿਆ ਅਰੇ আর ਉਧਰ ਸੋਲਣਗੇ ਵਿੱਚ ਮਾ ਇਹ ਕਿਸਾਨਾ ਗੁਰਕੇਸ਼ ਟਕਹਤ ਪਹੁੰਚਿਆ ਉੱਥਾ ਮੈਨੂੰ ਸਮਝ ਨਹੀਂ ਆਂਦੀ ਉਹ ਹਮਾ ਚਲਾਲੇ ਆਖਰਕਾਰ ਕੀ ਆ ਰੇ ਰਕੇਸ਼ ਟਕਹਤ ਨੂੰ ਨੌਜਵਾਨ ਆਗਾ ਪਤਾ ਨਹੀਂ ਕੀ-ਕੀ ਬੁਲਣ ਲੱਗ ਗਿਆ ਰਕੇਸ਼ ਕੈਦ ਕਰ ਰਿਹਾ ਕਾ ਤੇਰੇ ਮੇ ਤਾਂ ਬੁੜਾ ਕਹਿਦਾ ਮਾਰ ਤੇ ਪਿੰਡਾ ਵੇ ਉੱਥਾ ਤੋਂ ਕਰਾਂਗਾ ਤੇਰੇ ਬਾਪ ਕੀ ਮੱਡੀ ਥੋੜੀ ਇਹ ਦੇਖ ਲਓ ਮਤਲਬ ਇਤਰਾ ਕੀ ਬ ਚੱਲਣ ਲੱਗ ਗਿਆ ਇਹ ਪਹਾੜੀਆਂ ਦਾ ਦਿਮਾਗੇ ਹੀ ਲਿਆ ਬਿਰ ਫਿਰ ਵੀ ਯੋਹੀ ਕਹਿ ਸਕਾਂ ਪੰਜਾਬ ਮਾ ਪੈਟਰੋਲ ਪੰਪਾ ਕਮਾਈ ਕਰ ਕਰ ਕੇ ਪਹਾੜੀ ਹਿੱਲ ਗਏ ਸੇਬ ਖਾਣੇ ਬੰਦ ਕਰਨਗੇ ਲੋਕ ਹੈ ਫਿਰ ਪਤਾ ਲੱਗਿਆ ਜਦ ਅਮਰੂਦ ਅਮਰੂਦ ਖਾ ਖਾ ਲੋਕ ਆਪਣਾ ਸਾਰ ਲੈ ਕੰਮ ਅਰ ਫੇਰ ਮਾਰਾ ਯੋ ਚੀਕਾਂ ਬਿਮਾਰੇ ਸੇਬ ਨਹੀਂ बिकਦੇ ਕਾਜੂ ਬਦਾਮ ਛੱਡੋ ਪੁੱਲੇ ਪੁੰਨੇ ਛੋਲੇ ਖਾਓ ਫੇਰ ਲੱਗੇ ਪਤਾ ਇਹਨਾਂ ਨੂੰ ਹੈ ਯੋ ਯੋ ਕਰਾਂ ਗਿਆ ਲੋਕ ਦੱਸ ਵੀ ਜਿਹੜੇ ਥਾ ਕਿਸਾਨ ਬੈਠੇ ਸਾਰਿਆਂ ਦੇ ਹੱਕ ਵਾਸਤੇ ਬੈਠੇ ਕਿਸਾਨਾਂ ਨੂੰ ਕਹਾ ਇਹਨਾਂ ਨੂੰ ਕਹ ਇਹ ਤੋਂ ਖੁਦ ਆਲੂ ਭੱਜ ਬੀਜਾ ਆਪਣੀ ਖਾ ਲੰਗੇ ਆਮ ਬੰਦੇ ਜਿਹੜੇ ਜ਼ਹਿਰਾਂ ਬੈਠੇ ਵੀ ਇਹਨਾਂ ਦਾ ਕੀ ਬਣੇਗਾ ਹੈ ਇਹ ਹਰ ਰੋਜ਼ ਪੰਜਾਬ ਦੇ ਵਿਚমা ਹਿਮਾਚਲ ਤੇ ਆਵਾਂ ਆਪਣੀ ਸਬਜ਼ੀਆਂ ਦੇ ਟਰੈਲੀਆਂ ਟਰੈਕਟ ਭਰ ਕਾ ਗੱਡੀਆਂ ਭਰ ਕਾ ਜਦਿ ਉਹ ਬੰਦ ਹੋ ਗਏ ਨਾ ਲੱਗ ਜੇ ਕੇ ਨੂੰ ਪਤਾ ਦਮਾ ਸੇਟ ਆ ਜੇਗਾ ਇਹਨਾਂ ਕੋ ਟਿਕਾਣੇ ਪਰ ਕੀਰਤਪੁਰ ਸਾਹਿਬ ਪਾਸ ਜਿੱਥੇ ਰੁਕਿਆ ਨਾ ਗੱਡੀਆਂ ਇਹ ਤਾਂ ਮਾਰੇਗੇ ਚਿੰਗੜਾ ਨ ਲੱਜੇ ਪਤਾ ਵੀ ਕੀ ਆ ਹੋਵਾ ਅਰ ਉਧਰ ਇਹ ਸੰਗਰੂਰ ਮਾ ਪਵਾ ਦੁੱਗਾ ਪਿੰਡ ਉੱਥਾ ਯੋ ਕਹਿ ਲੋ ਅਮਨ ਰੋੜਾ ਗਿਆ ਆਰਾਮਨ ਰੋੜੇ ਨੂੰ ਘੇਰਾ ਪਾ ਲਿਆ ਕਿਸਾਨਾਂ ਨੇ ਆਹ ਅਮਨ ਰੋੜੇ ਨੇ ਹੱਥ ਜੋੜ ਕੇ ਖੜਾ ਚੜਾਇਆ ਕਿਸਾਨਾਂ ਤੇ ਵੀਰ ਪਹਿਲੇ ਹੀ ਮਨਾ ਲਿਆ ਹੱਥ ਜੋੜ ਲੈ ਕਾ ਵੀ ਕੋਈ ਨਹੀਂ ਮਾਫ ਕਰਦੇ ਪਰ ਮੈਨੂੰ ਕਈ ਵਾਰ ਇਹੋ ਨਹੀਂ ਸਮਝ ਆਉਂਦੀ ਲੋਕ ਕਈ ਵਾਰ ਬੰਦੇ ਨੂੰ ਪਛਾਣ ਨਾ ਪਤ ਨਹੀਂ ਕਾਲੀ ਕਰ ਜਾਂ ਇਹ ਦੱਸ ਇਹ ਅਮਨ ਰੋੜੇ ਨੂੰ ਘੇਰਨੇ ਦਾ ਕੀ ਫਾਇਦਾ ਇਸ ਕੀ ਸਰਕਾਰ ਹੈ ਰਾਜੇ ਨੇ ਦੋ ਪੈਸੇ ਦੇਣੇ ਤੇ ਰਾਜਾ ਬਾਅਦ ਕਹਿ ਰਿਹਾ ਦਿੱਲੀ ਤੇ ਨਹੀਂ ਆਏ ਦਿੱਲੀ ਵਾਲੇ ਕਹਦੇਗਾ ਜੀ ਕਰੋਨੇ ਕਾਰਖਾਨੇ ਇਕੱਠੇ ਹੋਏ ਈ ਵੀ ਨਾ ਰੋਕਨੇਗਾ ਸਹੀ ਬੰਦੇ ਨੂੰ ਰੋਕੋ ਜਿਹੜਾ ਸਹੀ ਬੰਦਾ ਉਸ ਨੂੰ ਰੋਕੇ ਤੇ ਉਹਨਾਂ ਕੋ ਹੱਲ ਨਿਕਲੇਗਾ ਆਰ ਉਧਰ ਨਵਜੋਤ ਸਿੱਧੂ ਆ ਟਵਿੱਟਰ ਸੁਣ ਲਿਓ ਨਵਜੋਤ ਸਿੱਧੂ ਨੇ ਟਵੀਟ ਕਰਤਾ ਕੱਲ ਫੇਰ ਬਿਜਲੀ ਸਮਝੌਤੇਆਂ ਕਾ ਰੱਦ ਕਰਾਂਗੇ ਸਮਝੌਤੇ ਰੱਦ ਕਰਾਂਗੇ ਨਵਜੋਤ ਸਿੱਧੂ ਨੇ ਕਿਹਾ ਇੱਕ ਦੋ ਖਬਰਾਂ ਆ ਲੈ ਕਿ ਸਾਹਮਣੇ ਜੀ ਸੋਸ਼ਲ ਮੀਡੀਆ ਵਾਲੇ ਬਹੁਤ ੂਆਂ ਗੱਡਾਂ ਫਿਰ ਖਬਰਾਂਗਾ ਇੱਕ ਸੋਸ਼ਲ ਮੀਡੀਆ ਅਖਬਾਰ ਉਸਨੇ ਲਿਖਿਆ ਬਜਿਲੀ ਸਮਝੌਤੇ ਦੇ ਗਨ ਜੋ ਸਿੱਧੂ ਨੇ ਇੱਕ ਹੋਰ ਤਮਾਕੇ ਦਾ ਟਵੀਟ ਕਰਿਆ ਕਰਤਿਆ بڑا ਐਲਾਨ ਵੀ ਖਬਰ ਖੋਲਿਆ ਸਾਰੇ ਬੰਦੇ ਹੈ ਟੱਟੂ ਐਲਾਨ ਕਰਿਆ ਕਿਹੜਾ ਤਮਾਕੇ ਦਾ ਟਵੀਟ ਕਰਿਆ ਦੱਸ ਵੋਟਾਂ ਦਾ ਟਾਈਮ ਆ ਗਿਆ ਸਿੱਧੂ ਤਾਂ ਕਰ ਰਪਈਏ ਨੂੰ ਵੀ ਕਹਦੇਗਾ ਲਾਈਟ ਦੇ ਦੇਂਗੇ ਰਪਈਆ ਹੈ ਕੋਈ ਸਟੈਂਡ ਹੀ ਨਹੀਂ ਦਾ ਦੱਸ ਉਧਰ ਖਬਰਾਂ ਵਾਲਿਆਂ ਦਾ ਸਟੈਂਡ ਨਹੀਂ ਇੱਧਰ ਇਹੋ ਲੀਡਰਾਂ ਦਾ ਸਟੈਂਡ ਕੋਈ ਨਹੀਂ ਇਹੋ ਕੰਮ ਹੋ ਰਿਹਾ ਮਾਰੇ ਪੰਜਾਬ ਦੇ ਵਿੱਚ ਮਾ ਅਰ ਇਸੀ ਕਰ ਕਾਇਓ ਕੱਲ ਉੱਥਾਇਓ ਐਮਐਲਏ ਜਿਹੜਾ ਕਨਾ ਉਰਾਲਾ ਕਾਂਗਰਸ ਪਾਰਟੀ ਦਾ ਮਦਨ ਲਾਲ ਇਹ ਮਦਨ ਲਾਲ ਠੇਕੇਦਾਰ ਕਨਾ ਉਰਾਲਾ ਇਹ ਕੱਲ ਗਿਆ ਉੱਥਾ ਕਰੇ ਉੱਥਾ ਉਹਨੇ ਵੀ ਕਿਸਾਨਾਂ ਨੇ ਘੇਰ ਲਿਆ ਸਵਾਲ ਪੁੱਛਣ ਲੱਗ ਗਏ ਕੱਲ ਮਾਨ ਦਾ 10 ਸਾਲਾਂ ਦਾ ਕਾ 10 ਸਾਲਾਂ ਵਿੱਚ ਇਤਨੇ ਕੰਮ ਰਿਹਾ ਇਤਨੇ ਮਾਨਾ ਕੰਮ ਕਰੇਗਾ ਪਹਿਲਾਂ ਇਹ ਚੈੱਕ ਕਰੋ ਉਹ ਪਿੱਛਾ ਕਿਸੇ ਛੋਕਰੇ ਨੇ ਖੜੇ ਕਹਤਾ ਕਿਸਾਨਾਂ ਗਿਆ ਕਰੇਗਾ ਸਭ ਤੋਂ ਪਹਿਲਾਂ ਮਾਨਾ ਕਾਨੂੰਨ ਪਾਸ ਕਰਿਆ ਕੱਲ ਥਾਣੇ ਤੋਂ ਕਰਤੇ ਅੱਗਾ ਤੋਂ ਕਾ ਮੰਤਰੀ ਸਾਹਿਬ ਨੇ ਪਾਸ ਹੀ ਨਹੀਂ ਕਰਿਆਗਾ ਰਾਸ਼ਟਰਪਤੀ ਉਹ ਪਹੁੰਚੇ ਨਹੀਂ ਬਸ ਇਹ ਸੁਣ ਕੇ ਗੁੱਸਾ ਚੜ ਗਿਆ ਔਰ ਯੋ ਕਹ ਲੋ ਮਦਨ ਲਾਲ ਕਹਿ ਰਹਾ ਬਾਤ ਸਿਕਾ ਕਰਾ ਲਿਓ ਜੀ ਤੇ ਕੰਮ ਕਰਾਣਾਗਾ ਮੈਂ ਤੋ ਨਹੀਂ ਆਦਾ ਸਾਰੇ ਪਿੰਡ ਲੈ ਦੱਸ ਯੋ ਕੋਈ ਬਾਤ ਹੈ ਬੜਾ ਹਲੀਮੀ ਹੈ ਨਹੀਂ ਕਿਸੇ ਬਾਦ ਕੀ ਮੰਤਰੀਆਂ ਮਾ ਯੋ ਬਾਤਰੀ ਇਹਨਾਂ ਦਾ ਬਾਤਲਾ ਜੇ ਤੋ ਢਾਂ ਕੱਟ ਲੈ ਲੋਕਾਂ ਪਰੋ ਯੋ ਕੰਮ ਹੋ ਰਿਹਾ ਵੀਰ ਅੱਜ ਪੰਜਾਬ ਦੇ ਵਿੱਚ ਮਾ ਔਰ ਪੁਲਿਸ ਕੀ ਬਾਤ ਕਰ ਲਿਓ ਬਠਿੰਡੇ ਦੇ ਵਿੱਚ ਮਾ ਐਸਐਸਪੀ ਨੇ ਬੜਾ ਐਕਸ਼ਨ ਲੈ ਲਿਆ ਕਹਾ ਜੀ ਅਖਬਾਰ ਵਾਲਿਆਂ ਲਿਖਿਆ ਵਾ ਟਾਈਟਲ ਕਾਇਸ ਸਿਸਪੀ ਨੇ ਲਿਆ بڑا ਐਕਸ਼ਨ ਕਰਵਾਏ ਬੁਲਟ ਲੰਡੇ ਲੈ ਦੱਸ ਚਲੋ SLAGA ਜੋ ਕਦਮ ਜੋ ਬੁਲਟ ਪਟਾਕੇ ਮਾਰਾਂ ਜਿਹੜੇ ਉਹ ਬੰਦੇ ਵੀ ਨਸੇ ਕੀ ਸਮਾਪਤੀ ਕਰੋ ਕੁਸ ਨਸੇ ਆਲਾ ਨੂੰ ਫੜੋ ਜੋ ਬੁਲਟ ਆਲੇ ਨੂੰ ਫੜੀ ਜਾ ਹਾਂ ਕਾ ਜੋ ਜਿਹੜੇ ਪੀਟਰ ਰੇੜੇ ਬਣਾਗਾ ਘੁੰਮਰੇ ਘਾਰ ਰੇੜੀਆਂ ਪਾ ਇੰਜਨ ਲਾਇ ਵੀ ਜੀ ਇਹ ਚਾਚਾ ਕਾਕਾ ਦਇੰਦਰ ਮਾਨ ਯੂਐਸਐਸ ਵੀ ਉੱਥਾ ਕਹਿ ਰਿਆ ਲੈ ਦੱਸ ਗਰੀਬ ਬੰਦੇ ਨੇ ਰੋਟੀ ਖਾਣਦੇ ਹੋ ਜੀਨ ਬਜੂਰ ਨਹੀਂ ਚੱਲਦਾ ਹੈ ਉਹਨਾਂ ਨੂੰ ਕਹਿੰਦੇ ਨੇ ਸਾਹਿਬ ਜੀਨੋ ਜੋਰ ਚੱਲ ਰਿਹਾ ਵਾ ਚੱਕ ਅੰਦਰ ਦੇਰੇ ਸਾਹਮ ਪੁਲਿਸ ਕੀ ਕਿੰਨੀ ਕਿ ਬਹਾਦਰੀ ਆ ਚਿੱਟਾ ਦੱਸੋ ਪੰਜਾਬ ਦੇ ਵਿਚमां ਯੋ ਬਟਿੰਡੇ ਦੇ ਪਾਸੇ ਵਾਯੋ ਬਾਦਲ ਹਰ ਗਰਦਾਸ ਬਾਦਲ ਦਾ ਛੋਕਰਾ ਮਾਨਪ੍ਰੀਤ ਬਾਦਲਾ ਬੋਲਿਆ ਉਸਕੀ ਆਪਣੀ ਸਰਕਾਰ ਬਾ ਕਰਿਆ ਕਾ ਨਸ਼ਾ ਨਹੀਂ ਖਤਮ ਹੋਏਗਾ ਲੰਬੀ ਮਦ ਮੁੱਖੇ ਨਹੀਂ ਕਹਣਾ ਨਸ਼ਾ ਖਦੇ ਲਾ ਦੱਸ ਯੋ ਮਾਰੇ ਐਸਐਸਪੀ ਸਾਹਿਬ ਬੁਲਟਾਂ ਦੇ ਮੋਟਰਸਾਈਕਲਾਂ ਗਏ ਸਲੇ ਸਰਤਾਰ ਕਈ ਗਾਇ ਰਹੇ ਜੀ ਬਹੁਤ ਬੜੀ ਅਚੀਵਮੈਂਟ ਕਰ ਲਈ ਮਾਨਾ ਯੋ ਹੋ ਰਿਹਾ ਹੂਸਾ ਤਾਂ ਹੀ ਤੇ ਲੋਕ ਕੈਨੇਡਾ ਨੂੰ ਭੱਜਾਂ ਕੈਨੇਡਾ ਜਾ ਕੇ ਕਰਾਂਗੇ ਕਹਾ ਆਪਣੀ ਸਾਰੀ ਗੱਲ ਬਾਤ ਕੈਡਾ ਜਾਗਾ ਸੈੱਟ ਕਰਾਂਗੇ ਯਾਰ ਉਧਰ ਕਈ ਦਿਨ ਹੋ ਰਹੇ ਵੀਰ ਅਕਾਲੀ ਦੇ ਲੜਾਂ ਘੇਰੇ ਕੱਲ ਚੰਦੂ ਮਾਜਰੇ ਵੀ ਕਹਾ ਘੇਰ ਲਿਆ ਵੀਰ ਕਿਸਾਨਾਂ ਨੂੰ ਪਾਈ ਕਿਸਾਨਾਂ ਨੇ ਪਾਤੀਆਂ ਭੱਜੜਾਂ ਜੋ ਕਿਸ ਨੇ ਪਾਈ ਪੋਸਟ ਪੰਜਾਬ ਕਾ ਕੈਪਟਨ ਜੋ ਇੱਕ ਫੇਸਬੁਕਾ ਪੇਜ ਇਹਨਾਂ ਨੇ ਪਾਇਆ ਵਕਾ ਹੁਣ ਅਕਾਲੀ ਲੀਡਰ ਚੰਦੂ ਮਾਜਰੇ ਨੂੰ ਕਿਸਾਨਾਂ ਨੇ ਪਾਈਆਂ ਭੱਜੜਾਂ ਲੈ ਦੱਸ ਬਈ ਕੈਪਟਨ ਸਾਹਿਬ ਥੰਭੀ ਆਓ ਬਾਹਰ ਹੈ ਸਵਾਗਤ ਉਹ ਥਾਰਾ ਵੀ ਕਰਨੇ ਨੂੰ ਖੜੇ ਉੱਥਾ ਕਿਸਾਨਾਂ ਹਰੇਕ ਪਾਰਟੀ ਗਲ ਯੋਈ ਆ ਲੋਰਿਆ ਚ ਹੈ ਆਮ ਆਦਮੀ ਪਾਰਟੀ ਚ ਹੈ ਕਾਂਗਰਸ ਵਾਲੇ ਚ ਹੈ ਕਾਲੀ ਸਾਰਿਆਂ ਨੂੰ ਘੇਰ ਰਹੇ ਬੀਰਾ ਕੈਪਟਨ ਸਾਹਿਬ ਤੋਂ ਗਏ ਨਹੀਂ ਪਿੰਡਾਂ ਬੋਟਾ ਮੰਗਣ ਆਲੇ ਕੈਪਟਨ ਸਾਹਿਬ ਤੋਂ ਆਲੇ ਫੀਡਿੰਗ ਲਾਰੇ ਵੀ ਉਹ ਉਰਾ ਗ੍ਰਾਂਟ ਦੇ ਦਿਓ ਇਹ ਉਰਾ ਗੰਨੇ ਨੂੰ 30 ਰੁਪਏ ਵਧਾ ਦਿਓ 40 ਵਧਾ ਦਿਓ ਚਲੋ ਉਰਾ ਬੰਦੇ ਇਕੱਠੇ ਹੋ ਜੰਗੇ ਜਿੱਦੜ ਕੈਪਟਨ ਸਾਹਿਬ ਮੈਲਾ ਪਤੇ ਨਿਕਲ ਕਾਮੇਗੇ ਫੇਰ ਪੰਜਾਬ ਦਾ ਕੈਪਟਨ ਪੇਜ ਵਾਲੇ ਉਹ ਫੇਰ ਪਾਇਓ ਪੋਸਟ ਵੀ ਕੀਆ ਹੋਇਆ अरुदर सुच्चे लगागा छोकरा इसने गा पाते बड़ी रैली करका आयो हालके के जड़े किसान यो अकाली लीडर दे यो टड़प के आयो इतरा करया दास सुच्चा लगा इसर गांव नी जाणदा फिर सुच्चे लगा के छोकरे ने उथा कांग्र अकालिया बा किंदू प्रंतू करया और इसके छोकरे यो नी पता अब इसका पर ओ जा रया उथा मथा टेकन का मैं पुल बक्सान जहां पंथमा कर लियो शामिल पंथमा कर लियो शामिल यो पंजाब की सियासत निगर की वीरा ਬਹੁਤ ਹਾਲ ਜਿਹੜਾ ਪੰਜਾਬ ਦਾ ਨਾ ਖਰਾਬ ਹੋ ਗਿਆ ਇਸ ਦੇ ਵਿੱਚ ਮਾ ਕੋਈ ਦੌਰ ਆਇ ਨਹੀਂ ਆ ਰ ਅਗਰ ਯੋਹੀ ਹਾਲ ਚੱਲਦਾ ਰਿਹਾ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਮਾ ਪੰਜਾਬ ਦੇ ਵਿੱਚ ਮਾ ਜਿਹੜੇ ਹਾਲਾਤ ਮੰਨੇ ਜੋ ਦੇਖਣਯੋਗ ਰਹਿਣੇ ਨਹੀਂ ਵੀਰਾ ਹਾਲਤ ਇਤਨੀ ਖਰਾਬ ਹੋ ਜੂਗੀ ਆਉਣ ਵਾਲੇ ਟਾਈਮ ਦੇ ਵਿੱਚ ਖੈਰ ਚਲੋ ਲਾਡਾ ਡਿਸਕਸ਼ਨ ਵਾਲੇ ਪ੍ਰੋਗਰਾਮ ਦੇ ਵਿੱਚ ਮਾ ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ब्रेक ਤੇ ਬਾਅਦ ਆਪਾਂ ਗੱਲਬਾਤ ਕਰਾਂਗੇ ਜਲਿਆਂ ਵਾਲੇ ਬਾਗ ਕੇ ਵਿਚमां ਆਇਓ ਮੋਦੀ ਸਾਹਿਬ ਜਿਹੜਾ ਉਥਾ ਧਾਡ ਘਾੜ ਰਿਆਂ ਦੀ ਤਿਆਰੀ ਕਰ ਰਹੇ ਇਸਕੇ ਉੱਪਰ ਗੱਲਬਾਤ ਹੋਵੇਗੀ ਆਰ ਇਹ ਜੋ ਜਿਹੜਾ ਲਾਠੀ ਚਾਰਜ ਹੋਇਆ ਇਸਕੇ ਉੱਪਰ ਗੱਲਬਾਤ ਕਰਾਂਗੇ ਆਰ ਪੰਜਾਬ ਕੇ ਵਿਚमां ਧਰਮ ਪਰਿਵਰਤਨ ਕਰਨ ਵਾਲੇ ਜਿਹੜੇ ਲੋਕ ਉਹ ਲੋਕਾਂ ਦਾ ਕੀ ਹੋਵੇਗਾ ਸਿੱਖੀ ਨੂੰ ਢਾਹ ਲੱਗ ਰਹੀ ਇਸਕੇ ਉੱਪਰ ਇਸ ਨੂੰ ਰੋਕਣ ਖਾਤਰ ਜੋ ਸਾਮੇ ਗਿਆ ਸਰਕਾਰਾਂ ਜਾਂ ਸਿੱਖ ਜਥੇਬੰਦੀਆਂ ਯਾ ਫੇਰ ਇਹ ਜਿਹੜੇ ਸਿੱਖ ਕੇ ਧਰਮ ਕੇ ਠੇਕੇਦਾਰ ਯੋ ਕਿਆ ਕਰ ਰਹੇ ਇਸ ਕੇ ਉਪਰ ਆਪਾਂ ਡੁਇਟ ਕਰਾਂਗੇ ਲਾਈਵ ਟੈਲੀਫੋਨ ਪਰ ਗੱਲਬਾਤ ਹੋਵੇਗੀ ਪਰ YouTube ਪਰ ਜਿਹੜੇ ਇਸ ਬੰਦੇ ਪ੍ਰੋਗਰਾਮ ਸੁਣ ਰਹੇ ਉਹਨਾਂ ਗੱਲ ਯੋ ਬਾਤ ਆਪਾਂ ਲਾਈਵ ਨਹੀਂ ਕਰ ਸਕਦੇ ਪਰ ਯੋ ਰੇਡੀਓ ਪਰ ਚਲੇਗਾ ਆਪਾਂ ਪਹਿਲਾ ਇਗਲਿਆਂ ਛੋਟੀ ਜੀ ਬ੍ਰੇਕ